ਪੰਜਾਬ ਸਰਕਾਰ ਦੀਆਂ ਨਵੀਆਂ ਜਾਣਕਾਰੀਆਂ ਨਵੀਆਂ ਅਪਡੇਟਾਂ ਖਾਸ ਖਬਰਾਂ ਪੰਜਾਬ ਦੀਆਂ ਤਾਜ਼ਾ ਵੱਡੀਆਂ ਖਬਰਾਂ 7 ਫਰਵਰੀ ਅੱਜ 20200 ਰੁਪਏ ਸਕੀਮ ਹੈ ਜੀ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਜੋ ਦੇਣ ਦਾ ਫੈਸਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ 20200 ਰੁਪਏ ਸਕੀਮ ਕਿਹੜੇ ਲੋਕ ਨੇ ਉਹਨਾਂ ਬਾਰੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾ ਲਗਵਾ ਬੈਲ ਵਾਲੀ ਘੰਟੀ ਨੂੰ ਆਉਣ ਜ਼ਰੂਰ ਕਰ ਲੈ ਜੇ ਇੱਥੇ ਤੁਹਾਨੂੰ ਪੰਜਾਬ ਸਰਕਾਰ ਦੀਆਂ ਕੇਂਦਰ ਸਰਕਾਰ ਦੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਤੇ ਅਪਡੇਟ ਡੇਲੀ ਮਿਲਦੀ ਹੀ ਰਹਿਣੀ ਹੈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀ ਨੋਟੀਫਿਕੇਸ਼ਨ ਦੇ ਵੱਲ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਅੱਜ ਦੀਆਂ ਖਾਸ ਵੱਡੀਆਂ ਤਾਜ਼ਾ ਖਬਰਾਂ ਦੇ ਬਾਰੇ ਹੁਣ ਤੱਕ ਦੀ ਪਹਿਲੀ ਖਾਸ ਵੱਡੀ ਤੇ ਤਾਜ਼ਾ ਖਬਰ ਨਿਕਲ ਕੇ ਸਾਹਮਣੇ ਆ ਰਹੀ ਪਈ ਪਲਕ ਚਪਕਦੇ ਹੀ ਚਲੀ ਗਈ 4000 ਲੋਕਾਂ ਦੀ ਜਾਨ 15000 ਤੋਂ ਵੱਧ ਜ਼ਖਮੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਪਚਾਲ ਕਾਰਨ ਸੈਂਕੜੇ ਇਮਾਰਤਾਂ ਟਹਿ ਟੇਰੀ ਹੋ ਗਈਆਂ ਹਨ ਸੈਂਕੜੇ ਲੋਕ ਹਲੇ ਵੀ ਮਲਬੇ ਦੀ ਢੇਟਾਂ ਦੱਬੇ ਹੋਏ ਹਨ ਤੇ ਮੋਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਰਾਹਤ ਦੇ ਬਚਾਅ ਕਰਮੀਆਂ ਕਰਮੀਆਂ ਵੱਲੋਂ ਕਈ ਸ਼ਹਿਰਾਂ ਵਿੱਚ ਮਲਬੇ ਦੇ 13 ਥੱਲੋਂ ਦੱਬੇ ਲੋਕਾਂ ਨੂੰ ਲੱਭਿਆ ਜਾ ਰਿਹਾ ਪਿਆ ਹੈ ਪੂਰੀ ਜਾਣਕਾਰੀ ਅੱਜ ਨਾਲ ਸਾਂਝੀ ਕੀਤੀ ਜਾ ਰਹੀ ਪਈ ਹੈ ਇਸ ਦੇ ਨਾਲ ਅਗਲੀ ਖਾਸ ਵੱਡੀ ਖਬਰ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਪਈ ਹੈ ਪੰਜਾਬ ਦੇ ਮੌਸਮ ਦੇ ਬਾਰੇ ਅਗਲੇ ਦਿਨਾਂ ਦਾ ਅਗਲੇ 2-3 ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਦਾ ਕੀ ਹਾਲ ਹੋਣ ਵਾਲਾ ਹੈ ਵੈਦਰ ਟੂਡੇ ਮੌਸਮੀ ਪਾਗ ਵੱਲੋਂ 8 ਤੋਂ 8 ਤੋਂ 10 ਫਰਵਰੀ ਦਰਮਿਆਨੀ ਭਾਰੀ ਮੀਂਹ ਦੀ ਚੇਤਾਵਨੀ ਜੋ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ 8 ਤੋਂ 10 ਫਰਵਰੀ ਤੱਕ ਧਰਨਾ ਜਾਣਕਾਰੀ ਸਾਂਝੀ ਕਰਦੇ ਹਾਂ ਮੌਸਮ ਵਿਭਾਗ ਅਨੁਸਾਰ 9 ਅਤੇ 10 ਫਰਵਰੀ ਨੂੰ ਵੀ ਇਸ ਖੇਤਰ ਵਿੱਚ ਹਨੇਰੀ ਅਤੇ ਬਿਜਲੀ ਡਿੱਗਣ ਦੀ ਭਵਿਖਬਾਣੀ ਕੀਤੀ ਗਈ ਹੈ ਕਸ਼ਮੀਰ ਕਾਟੇ ਵਿੱਚ ਵੀਰਵਾਰ ਨੂੰ ਵੀ ਭਾਰੀ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ 7 ਫਰਵਰੀ ਤੱਕ ਅਨੁਰਾਚਲ ਪ੍ਰਦੇਸ਼ ਅਸਾਮ ਤੇ ਮੇਘਾਲਿਆ ਦੇ ਵੱਖ-ਵੱਖ ਹਿੱਸਿਆਂ ਵਿੱਚ ਗੜੇਮਾਰੀ ਦੇ ਨਾਲ-ਨਾਲ ਗਰਜ ਤੂਫਾਨ ਦੀ ਵਿਖਵਾਨੀ ਕੀਤੀ ਗਈ ਹੈ ਹਣੇ ਤੱਕ ਪੰਜਾਬ ਦੇ ਬਾਰੇ ਕੋਈ ਜਾਣਕਾਰੀ ਨਹੀਂ ਨਿਕਲ ਕੇ ਸਾਹਮਣੇ ਆ ਰਹੀ ਪੀ ਜਿਵੇਂ ਹੀ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਅਗਲੀ ਵੀਡੀਓ ਬਣਾ ਕੇ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਪੰਜਾਬ ਦੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਵਿਖਵਾਨੀ ਕੀਤੀ ਗਈ ਹੈ ਇਸ ਦੇ ਨਾਲ ਅਗਲੀ ਖਾਸ ਵੱਡੀ ਖਬਰ ਵੱਡੀ ਅਪਡੇਟ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੇ ਲਗਾਏ ਇਲਜ਼ਾਮਾਂ ਦਾ ਮਲਵਿੰਦਰ ਸਿੰਘ ਮਲਵਿੰਦਰ ਸਿੰਘ ਖੰਗ ਨੇ ਨਹੀਂ ਦਿੱਤਾ ਮੋੜਵਾ ਜਵਾਬ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੱਗੇ ਚਲਦੇ ਆਂ ਨੋਟੀਫਿਕੇਸ਼ਨ ਦੇ ਵੱਲ ਸੋਮਵਾਰ ਨੂੰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਕਹਿਆ ਹੈ ਕਿ ਉਹਨਾਂ ਕਿਆ ਹੈ ਕਿ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬੜੇ ਚਾਅ ਨਾਲ ਵੋਟਾਂ ਪਾਈਆਂ ਸਨ ਅਤੇ ਆਪ ਨੇ ਆਪਣੇ ਇਤਿਹਾਸਿਕ ਜਿੱਤ ਹਾਸਲ ਕੀਤੀ ਸੀ ਪੰਜਾਬ ਸਰਕਾਰ ਨੇ ਵੋਟਾਂ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਹੁਣ ਤੱਕ ਪੂਰੇ ਨਹੀਂ ਕੀਤੇ ਸੁਖਵੀਰ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਨੂੰ ਲੈ ਕੇ ਤੰਜ ਕਸਦਿਆਂ ਕਿਹਾ ਹੈ ਕਿ ਇਹਨਾਂ ਲਈ ਸਰਕਾਰ ਇਹਨਾਂ ਲਈ ਸਰਕਾਰ ਕੋਈ ਨਵੀਆਂ ਇਮਾਰਤਾਂ ਨਹੀਂ ਬਣਾ ਰਹੀ ਸਗੋ ਸਾਡੀ ਸਰਕਾਰ ਦੇ ਸਮੇਂ ਤੇ ਬਣੇ ਸੇਵਾ ਕੇਂਦਰਾਂ ਦੀ ਮੁਰੰਮਤ ਕਰਕੇ ਹੀ ਮੁਹੱਲਾ ਕਲੀਨਿਕ ਤਿਆਰ ਕੀਤੇ ਜਾ ਰਹੇ ਹਨ ਇਸ ਦੇ ਨਾਲ ਅਗਲੀ ਖਾਸ ਵੱਡੀ ਖਬਰ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਪਈ ਪੈਟਰੋਲ ਡੀਜ਼ਲ ਰੇਟ ਕਟੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਾਣੋ ਆਪਣੇ ਸ਼ਹਿਰ ਦਾ ਹਾਲ ਅੱਗੇ ਚਲਦੇ ਹਮਦੇਸ਼ ਵਿੱਚ ਇਸ ਸਮੇਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ ਚੜਾਅ ਦੇਖਿਆ ਜਾ ਰਿਹਾ ਹੈ ਤੁਹਾਨੂੰ ਇੱਥੇ ਪਤਾ ਲੱਗੇਗਾ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧੇ ਕਾਰਨ ਦੇਸ਼ 'ਚ ਪੈਟਰੋਲ ਡੀਜ਼ਲ ਦੇ ਰੇਟ ਵਧੇ ਹਨ ਜਾਂ ਨਹੀਂ ਹਨ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੱਗੇ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਤੇ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਆਣੇ ਹਾਂ चार महानगर की है पेट्रोल डीजल की कीमत दिल्ली में है पेट्रोल छियानवे पॉइंट बहत्तर रुपये पैसे डीजल हैगा नानवे पॉइंट बाहठ रुपये पैसे प्रति लीटर हैगा मुंबई है पेट्रोल हैगा एक सौ छे रुपये कत्ती रुपये पैसे तो डीजल हैगा चौरानवे रुपये सताई रुपये पैसे प्रति लीटर हैगा कोलकाता है पेट्रोल एक सौ छे रुपए तीन रुपये पैसे प्रति लीटर डीजल हैगा बानवे पॉइंट पच्ची रुपये प पैसे प्रति लीटर हैगा चेन्नई है पेट्रोल एक सौ दो रुपये रुपये पैसे प्रति लीटर है डीजल हैगा चौरानवे पॉइंट चौबी रुपये प्रति ਪੈਸੇ ਰਿਟੇ ਰਹੇਗਾ ਹੀ ਇਸ ਦੇ ਨਾਲ ਅਗਲੀ ਖਾਸ ਵੱਡੀ ਜਾਣਕਾਰੀ ਵੱਡੀ ਖਬਰ ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਚ ਖਲਬਲੀ জানੋ ਕੀ ਹੈ ਪੂਰਾ ਮਾਜਰਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਵਿੱਚ ਬਸਪਾ ਸੁਪਰੀਮੋ ਮਯਾਵਤੀ ਨਾਲ ਮੁਲਾਕਾਤ ਕਰਕੇ ਲੋਕ ਸਭਾ ਚੋਣ ਵੀ ਹਾਲਿਆ ਵਿਧਾਨ ਸਭਾ ਚੋਣ ਦੀ ਤਰਜ਼ ਤੇ ਮਿਲ ਕੇ ਲੜਨ ਦਾ ਐਲਾਨ ਕੀਤਾ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੋਵੇਂ ਦੋਵੇਂ ਦਲ ਗਠਜੋੜ ਚ ਲੋਕ ਸਭਾ ਚੋਣ ਲੜਨਗੇਦਰ ਅਸਲ 1996 ਚ ਵੀ ਦੋਹਾਂ ਨੇ ਮਿਲ ਕੇ ਚੋਣ ਲੜੀ ਅਤੇ 13 ਵਿੱਚੋਂ 11 ਸੀਟਾਂ ਜਿੱਤ ਕੇ ਕਾਂਗਰਸ ਨੂੰ ਤੂੜ ਜਟਾਈ ਸੀ ਉਦੋਂ बसपा ਨੇ 3 ਅਤੇ ਕਾਲੀ ਦਲ ਨੇ 8 ਸੀਟਾਂ ਜਿੱਤਕ ਦਰਜ ਕੀਤੀ ਸੀ बसपा ਨੇ ਫਿਲੌਰ ਸ਼ੁਸ਼ਿਆਰਪੁਰ ਅਤੇ ਫਿਰੋਜ਼ਪੁਰ ਅਤੇ ਫਿਰੋਜ਼ਪੁਰ ਸੀਟਾਂ ਜਿੱਤੀਆਂ ਸਨ ਇਸ ਦੇ ਨਾਲ ਅਗਲੀ ਖਾਸ ਵੱਡੀ ਖਬਰ ਵੱਡੀ ਅਪਡੇਟ ਸਰਕਾਰ ਨੇ ਬਿਜਲੀ ਕੰਪਨੀ ਨੂੰ ਕੰਗਾਲ ਕਰਕੇ ਪੰਜਾਬ ਨੂੰ ਹਨੇਰੇ ਵਿੱਚ ਧੱਕਿਆ ਸੁਖਬੀਰ ਬਾਦਲ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਚਰਮਣੀ ਅਕਾਲੀ ਦਰ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਬਿਜਲੀ ਕੰਪਨੀ ਨੂੰ ਕੰਗਾਲ ਕਰਕੇ ਸੂਬੇ ਨੂੰ ਹਨੇਰੇ ਦੇ ਯੁੱਗ ਵਿੱਚ ਧੱਕ ਰਹੀ ਹੈ ਤੇ ਉਦਯੋਗਿਕ ਖੇਤਰ ਨੂੰ ਪੰਜਾਬ ਵਿੱਚ ਕੰਮ ਕਰਨ ਵਾਸਤੇ ਉਤਸ਼ਾਹ ਦੇਣ ਤੋਂ ਇਨਕਾਰੀ ਹੈ ਉਹਨਾਂ ਕਹਿੰਦਾ ਹੈ ਕਿ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਇੱਕ ਵੀ ਯੂਨਿਟ ਬਿਜਲੀ ਪੈਦਾ ਨਹੀਂ ਕੀਤੀ ਇਸ ਸਮੇਂ ਦੌਰਾਨ ਇਸ ਨੇ ਪੀਐਸਪੀਸੀਐਲ ਨੂੰ ਬਿਜਲੀ ਦੀ ਬਕਾਇਆ ਸਬਸਿਡੀ ਅਦਾ ਨਹੀਂ ਕੀਤੀ ਜਿਸ ਕਾਰਨ ਬਿਜਲੀ ਕੰਪਨੀ ਕੰਗਾਲੀ ਤੇ ਰਾਹ ਪੈ ਗਈ ਹੈ ਉਹਨਾਂ ਉਹਨਾ ਜੋਰ ਦੇਖ ਕੇ ਕੀ ਹੈ ਕਿ ਸੂਬੇ ਦੀਆਂ ਬਿਜਲੀ ਲੋੜਾਂ ਦੀ ਪੂਰਤੀ ਸਿਰਫ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਕਰ ਰਹੇ ਹਨ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦ ਕਰਨ ਦਾ ਐਲਾਨ ਕੀਤਾ ਸੀ ਇਹ ਥਰਮਲ ਪਲਾਂਟ ਸੂਬੇ ਨੂੰ 2.80 ਪੈਸੇ ਪ੍ਰਤੀ ਯੂਨਿਟ ਦੇ ਦਰ ਬਿਜਲੀ ਸਪਲਾਈ ਕਰ ਰਹੇ ਹਨ ਇਸ ਦੇ ਨਾਲ ਅਗਲੀ ਖਾਸ ਵੱਡੀ ਖਬਰ ਵੱਡੀ ਅਪਡੇਟ ਦੁਬਈ ਤੋਂ ਪਰਤੇ ਨੌਜਵਾਨਾਂ ਕੋਲ ਨਹੀਂ ਸੀ ਵਾਪਸ ਜਾਣ ਦੇ ਪੈਸੇ ਫਿਰ ਕਰ ਬੈਠੇ ਅਜਿਹਾ ਕੰਮ ਕੀ ਜਾਣਾ ਪਿਆ ਜੇਲ੍ਹ ਪੂਰੀ ਜਾਣਕਾਰੀ ਧਰਨਾ ਸਾਂਝੀ ਕਰਦੇ ਆ ਅੱਗੇ ਚੱਲਦੇ ਨੋਟੀਫਿਕੇਸ਼ਨ ਦੇ ਵੱਲ CIA CIA ਸਟਾਫ 1 ਵੱਲੋਂ ਹੀਰੋਇਨ ਨਾਲ ਗ੍ਰਿਫਤਾਰ ਕੀਤੇ ਗਏ ਦੋ ਦੋਵੇਂ ਸਮਗਲਰ ਵਾਪਸ ਦੁਬਈ ਜਾਣ ਲਈ ਹੀਰੋਇਨ ਵੇਚਣ ਲੱਗੇ ਸਨ ਨੌਜਵਾਨਾਂ ਨੇ ਮੰਨਿਆ ਕਿ ਦੁਬਈ ਜਾਣ ਲਈ ਉਹਨਾਂ ਕੋਲ ਪੈਸੇ ਨਹੀਂ ਸਨ ਜਿਸ ਕਾਰਨ ਉਹ ਪਾਕਿਸਤਾਨ ਦੇ ਸਮਗਲਰਾਂ ਨਾਲ ਲਿੰਕ ਰੱਖਣ ਵਾਲੇ ਤਰਨਤਾਰਨ ਤੇ ਸਮਗਲਰਾਂ ਤੋਂ ਹੀਰੋਇਨ ਖਰੀਦ ਕੇ ਅੱਗੇ ਵੇਚਦੇ ਸਨ ਉਹੀ ਸਮਗਲਰ ਪਾਕਿਸਤਾਨ ਤੋਂ ਹੀਰੋਇਨ ਮੰਗਵਾਉਂਦੇ ਸਨ ਪੂਰੀ ਜਾਣਕਾਰੀ ਦਰਨਾ ਸਾਂਝੀ ਕੀਤੀ ਜਾਰੀ ਪਈ ਹੈ ਇਸ ਦੇ ਨਾਲ ਅਗਲੀ ਕਾਸ ਵੱਡੀ ਖਬਰ ਵੱਡੀ ਅਪਡੇਟ सीएम ਮਾਨ ਨੇ ਕਾਰੋਬਾਰੀਆਂ ਨਾਲ ਕੀਤੀ ਮੁਲਾਕਾਤ ਕਿਹਾ ਪੰਜਾਬ ਚ ਸਨਅਤਕਾਰਾਂ ਦੀ ਬਹਾਮ ਰੋੜਨ ਵਾਲਾ ਦੌਰ ਖਤਮ ਪੂਰੀ ਜਾਣਕਾਰੀ ਤਰ੍ਹਾਂ ਸਾਂਝੀ ਕਰਦੇ ਆ ਅੱਗੇ ਚੱਲਦੇ ਨੋਟੀਫਿਕੇਸ਼ਨ ਦੇ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹੈ ਕਿ ਹੁਣ ਸਨਅਤਕਾਰਾਂ ਨੂੰ ਪਰੇਸ਼ਾਨ ਕਰਨ ਦਾ ਦੌਰ ਖਤਮ ਹੋ ਚੁੱਕਾ ਹੈ ਅਤੇ ਸੂਬਾ ਸਰਕਾਰ ਹੁਣ ਸਨਅਤੀ ਖੇਤਰ ਦੇ ਸਹਿਯੋਗੀ ਵਜੋਂ ਕੰਮ ਕਰੇਗੀ ਜਲੰਧਰ ਵਿਖੇ ਸੋਮਵਾਰ ਨੂੰ ਉੱਗੇ ਕਾਰੋਬਾਰੀਆਂ ਨਾਲ ਵਿਚਾਰ ਵਟਾਂਦਰਾ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਹੈ ਕਿ ਬੀਤੇ ਸਮੇਂ ਵਾਂਗ ਹੁਣ ਕੋਈ ਵੀ ਸਨਤਕਰਨ ਨੂੰ ਤੰਗ ਪਰੇਸ਼ਾਨ ਨਹੀਂ ਕਰੇਗਾ ਸਗੋਂ ਸੂਬਾ ਸਰਕਾਰ ਸਨੰਤ ਦੀ ਤਰੱਕੀ ਤੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਸੂਬਾ ਸਰਕਾਰ ਨੇ ਸਨੰਤਾ ਸਨੰਤਾ ਦੀ ਸੁਹੂਲਤ ਲਈ ਪਹਿਲਾਂ ਹੀ ਪਹਿਲਾ ਹੀ ਸਿੰਗਲ ਵਿੰਡੋ ਪ੍ਰਣਾਲੀ ਸ਼ੁਰੂ ਕਰਕੇ ਆਪਣੇ ਵੱਲੋਂ ਸਹਿਯੋਗ ਦੀਆਂ ਕੋਸ਼ਿਸ਼ਾਂ ਨੂੰ ਸ਼ੁਰੂ ਕਰ ਦਿੱਤੀਆਂ ਹਨ ਪੂਰੀ ਜਾਣਕਾਰੀ ਦਰਨਾ ਸਾਜੀ ਕੀਤੀ ਜਾਰੀ ਪਈ ਇਸ ਦੇ ਨਾਲ ਅਗਲੀ ਕਾਸ ਵੱਡੀ ਖਬਰ ਵੱਡੀ ਅਪਡੇਟ ਬੁਲਟਾਂ ਤੇ ਪਟਾਕੇ ਮਾਰਨ ਵਾਲਿਆਂ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ ਅੱਗੇ ਚੱਲਦੀ ਹੈ ਨੋਟੀਫਿਕੇਸ਼ਨ ਦੇ ਵਨਸਤਾਨਕ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਦੌਰਾਨ ਕਾਬੂ ਕੀਤੇ ਗਏ ਪਟਾਕੇ ਮਾਰਨ ਵਾਲੇ ਮੋਟਰਸਾਈਕਲਾਂ ਦੇ ਸਿਲੰਸਰਾਂ ਅਤੇ ਪ੍ਰੈਸ਼ਰ ਹਾਰਨ ਅੱਜ ਪੁਲਿਸ ਸਟੇਸ਼ਨ ਵਿੱਚ ਨਸ਼ਟ ਕੀਤੇ ਗਏ ਹਨ ਕੀਤੇ ਗਏ ਐਸ ਐਚਓ ਕਰਨੈਲ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਰਣਜੀਤ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਜਨਵਰੀ ਮਹੀਨੇ ਤੋਂ ਹੁਣ ਤੱਕ 25 ਤੋਂ 30 ਦੇ ਕਰੀਬ ਮੋਟਰਸਾਈਕਲ ਦੇ ਸਿਲੰਸਰ ਅਤੇ ਪ੍ਰੈਸ਼ਰ ਹਾਰਨ ਉਤਰਵਾਏ ਹਸਨ ਜਿੰਨਾ ਰਾਹੀ ਇਹ ਨੌਜਵਾਨ ਪਟਾਕੇ ਮਾਰਦੇ ਸਨ ਇਸ ਦੇ ਨਾਲ ਅਗਲੀ ਖਾਸ ਵੱਡੀ ਖਬਰ ਵੱਡੀ ਅਪਡੇਟ ਆਮ ਆਦਮੀ ਕਲੀਨਿਕਾਂ ਚ ਲਗੀਆਂ ਰੋਣਕਾ ਡਿਸਪੈਂਸਰੀਆਂ ਨੂੰ ਲੱਗੇ ਤਾਲੇ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਦੇਣ ਲਈ ਬਣਾਏ ਗਏ ਆਮ ਆਦਮੀ ਕਲੀਨਿਕਾਂ ਚ ਰੋਣਕਾ ਲੱਗ ਗਈਆਂ ਹਨ ਇਹਨਾਂ ਚੋਂ ਦਵਾਈ ਲੈਣ ਵਾਲੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਪਰ ਇਸ ਦੇ ਉਲਟ ਪਿੰਡਾਂ ਪਿੰਡਾਂ ਚ ਜ਼ਿਲ੍ਹਾ ਪ੍ਰੀਸ਼ਦ ਅਧੀਨ ਚੱਲਣ ਵਾਲੀਆਂ ਡਿਸਪੈਂਸਰੀਆਂ ਨੂੰ ਤਾਲ ਡਿਸਪੈਂਸਰੀਆਂ ਨੂੰ ਤਾਲੇ ਲੱਗਣ ਲੱਗੇ ਹਨ ਇਸ ਦੇ ਨਾਲ ਅਗਲੀ ਖਾਸ ਵੱਡੀ ਖਬਰ ਵੱਡੀ ਅਪਡੇਟ ਸ਼੍ਰੋਮਣੀ ਕਮੇਟੀ ਲੰਮੀਆਂ ਸਜ਼ਾਵਾਂ ਵਾਲੇ 9 ਬੰਦੀ ਸਿੰਘਾਂ ਨੂੰ ਹਰ ਮਹੀਨੇ ਦੇਵੇਗੀ 20 20000 ਰੁਪਏ ਸਨਮਾਨ ਪੱਤਾ ਐਡਵੋਕੇਟ ਧਾਮੀ ਇਸ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਅੱਗੇ ਚਲਦੇ ਨੋਟੀਫਿਕੇਸ਼ਨ ਦੇ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਬੇ ਸਮੇਂ ਤੋਂ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ 9 ਸਿੱਖਾਂ ਨੂੰ ਸਨਮਾਨ ਪੱਤੇ ਵਜੋਂ ਹਰ ਮਹੀਨੇ 20 20000 ਰੁਪਏ ਦੇਣ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਸੰਬੰਧੀ ਯੂਨੋ ਅਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੱਕ ਵਿਪੰਨ ਹੌਂਸ ਕੀਤੀ ਜਾਵੇਗੀ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅੱਜ ਹੋਈ ਅਤੀਰੰਗ ਕਮੇਟੀ ਦੀ ਇਕੰਤਰਤਾ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਦੱਸਿਆ ਕਿ ਤਿੰਨ ਤਿੰਨ ਧਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਪ੍ਰਤੀ ਸਿੱਖਾਂ ਪ੍ਰਤੀ ਸਰਕਾਰਾਂ ਦਾ ਅਨਿਆਇ ਮਨੁੱਖੀ ਅਧਿਕਾਰਾਂ ਦਾ ਵੱਡਾ ਉਲੰਘਣ ਹੈ ਜਿਸ ਨੂੰ ਲੈ ਕੇ ਅੰਤਰਰਾਸ਼ਟਰੀ ਮੰਚਾਂ ਤੇ ਆਵਾਜ਼ ਉਠਾਈ ਜਾਵੇਗੀ ਇਸ ਦੇ ਨਾਲ